ਸਮੂਹ ਜੈਮ ਸਿੰਘ ਜੀ ਜੈਮ ਸਿੰਘ ਜੀ ਹਾਂਜੀ ਬ੍ਰਦਰ ਕੁਮਾਰ ਜੀ ਆਪਾਂ ਬਾਈਬਲ ਸਟੱਡੀ ਕਰ ਰਹੇ ਹੈਗੇ ਹਾਂ ਪਵਿੱਤਰ ਆਤਮਾ ਦੇ ਫਲ ਦੇ ਉੱਪਰ ਜੀ ਸਰ ਅਤੇ ਆਪਾਂ ਪਹਿਲਾ ਗਰੁੱਪ ਕਰ ਲਿਆ ਹੈਗਾ ਜਿਹੜਾ ਸੀਗਾ ਜਿਹਦਾ ਉਹ ਆਪਣਾ ਤਲਕ ਸੀਗਾ ਪਰਮੇਸ਼ੁਰ ਦੇ ਨਾਲ ਉਹ ਆਪਣੇ ਮਤਲਬ ਰੱਬ ਦੇ ਨਾਲ ਸਾਡੇ ਰਿਸ਼ਤੇ ਦੇ ਵਿੱਚ ਜੀ ਪਿਆਰ ਹਾਂਜੀ ਅਤੇ ਸ਼ਾਂਤੀ ਅਤੇ ਆਨੰਦ ਉਹ ਕਰ ਰਿਹਾ ਹਾਂਜੀ ਠੀਕ ਅਤੇ ਹੁਣ ਹੈਗਾ ਦੂਸਰਾ ਗਰੁੱਪ ਜਿਹੜਾ ਹੈ ਉਹ ਹੈਗਾ ਆਪਣਾ ਜਿਹੜਾ ਰਿਸ਼ਤਾ ਇਨਸਾਨਾਂ ਦੇ ਨਾਲ ਹੈ ਠੀਕ ਹੈ ਜੀ ਉਹਦੇ ਵਿੱਚ ਜਿਹੜੇ ਤਿੰਨ ਆਪਣੇ ਆ ਜਾਂਦੇ ਹੈਗੇ ਆ ਕਾਇੰਡਨੈਸ ਦਿਆਲਗੀ ਇਨਸਾਨਾਂ ਦੇ ਪ੍ਰੀ ਹੰਦੇ ਵਿਚਕਾਰ ਅਤੇ ਪੇਸ਼ੈਂਸ ਧੀਰਜ ਇਨਸਾਨਾਂ ਦੇ ਵਿਚਕਾਰ ਹਾਂਜੀ ਅਤੇ ਭਲਿਆਈ ਗੁਡਨੈਸ ਆਪਸ ਦੇ ਵਿੱਚ ਇਨਸਾਨਾਂ ਦੇ ਇਹ ਤੀਸਰੇ ਗਰੁੱਪ ਦੇ ਵਿੱਚ ਆਪਾਂ ਇਹ ਜਿਹੜੇ ਇਨਸਾਨਾਂ ਦੇ ਨਾਲ ਰਿਸ਼ਤੇ ਦੇ ਵਿੱਚ ਇਹ ਗੱਲ ਕਰਦੇ ਹਾਂ ਅਤੇ ਆਪਾਂ ਹੁਣ ਅੱਜ ਹੁਣ ਆਪਾਂ ਕਰਦੇ ਹੈਗੇ ਹਾਂ ਜੀ ਦਿਆਲਗੀ ਦੂਸਰੇ ਗਰੁੱਪ ਦਾ ਪਹਿਲਾ ਹਾਂਜੀ ਕਾਇੰਡਨੈਸ ਕਾਇੰਡਨੈਸ ਦਿਆਲਗੀ ਇਹਨੂੰ ਉਰਦੂ 'ਚ ਕਹਿੰਦੇ ਨੇ ਮਿਹਰਬਾਨੀ ਮਿਹਰਬਾਨੀ ਓਕੇ ਠੀਕ ਹੈ ਅਤੇ ਇਹਦੇ ਲਈ ਕਿਹੜਾ ਵਾਲਾ ਪੜ੍ਹ ਲਓਗੇ ਇਹਦੇ ਲਈ ਜੀ ਆਪਾਂ ਪੜ੍ਹਦੇ ਨੇ ਜੀ ਗਲਤੀਆਂ ਪੰਜ ਦੀ ਬਾਈ ਠੀਕ ਹੈ ਜੀ ਠੀਕ ਹੈ ਹਾਂਜੀ ਆਪਾਂ ਪੜ੍ਹਦੇ ਹਾਂ ਜੀ ਗਲਤੀਆਂ 5:22 ਉਹਦੇ ਵਿੱਚ ਲਿਖਿਆ ਹੈ ਪਰ ਆਤਮਾ ਦਾ ਫਲ ਇਹ ਹੈ ਪ੍ਰੇਮ ਆਨੰਦ ਸ਼ਾਂਤੀ ਧੀਰਜ ਹਾਂਜੀ ਅਤੇ ਆਪਾਂ ਅੱਜ ਧੀਰਜ ਕਰਾਂਗੇ ਨਾ ਦਿਆਲਗੀ ਭਲਿਆਈ ਵਫਾਦਾਰੀ ਜੀ ਹਾਂਜੀ ਅਲਲਈ ਆ ਹਾਂਜੀ ਦਿਆਲਗੀ ਆਪਾਂ ਦਿਆਲਗੀ ਕਰਾਂਗੇ ਦਿਆਲਗੀ ਜਾਂ ਕਾਇੰਡਨੈਸ ਜਾਂ ਇਹਨੂੰ ਮਿਹਰਬਾਨੀ ਹਾਂ ਇਹ ਪਹਿਲਾ ਜੀ ਠੀਕ ਹੈ ਜੈ ਮਸੀਹ ਜੀ ਸਾਰਿਆਂ ਨੂੰ ਅਤੇ ਇਹਦੇ ਲਈ ਇੱਕ ਯੂਨਾਨੀ ਲਫਜ਼ ਇਸਤੇਮਾਲ ਹੋਇਆ CHRES TOR TES TES ਕ੍ਰਿਸਟੋਸਟਸ ਓਕੇ ਠੀਕ ਹੈ ਅੱਛਾ ਇਹਦਾ ਮਤਲਬ ਇਹ ਵੇ ਗੱਲ ਮਿਹਰਬਾਨੀ ਦੀ ਹੈ ਦਿਆਲਗੀ ਦੀ ਕਿ ਯਾਨੀ ਕਿ ਇਹਦੇ ਵਿੱਚ ਦਿਆਲਗੀ ਦੇ ਵਿੱਚ ਇਨਸਾਨ ਦੂਸਰੇ ਇਨਸਾਨ ਦੇ ਲਈ ਸਭ ਕੁਝ ਦੇਣ ਲਈ ਤਿਆਰ ਹੋ ਜਾਂਦਾ ਹੈ ਚਾਹੇ ਅਗਲਾ ਇਸ ਗੱਲ ਨੂੰ ਮੰਨੇ ਜਾਂ ਨਾ ਮੰਨੇ ਜਾਂ ਸ਼ੁਕਰਗੁਜ਼ਾਰ ਹੋਏ ਜਾਂ ਨਾ ਹੋਏ ਯਾਨੀ ਇਹ ਕਿਸਮ ਦਾ ਅਨਕੰਡੀਸ਼ਨਲ ਜਿਹੀ ਮਿਹਰਬਾਨੀ ਹੈ ਜਿਹਦਾ ਇਹ ਨਹੀਂ ਜੇ ਬਈ ਅੱਜ ਇਹਦੇ ਨਾਲ ਮੈਂ ਕੁਛ ਨੇਕੀ ਕਰ ਰਿਹਾ ਕੱਲ੍ਹ ਇਹ ਮੇਰੇ 'ਤੇ ਰਿਟਰਨ ਨਹੀਂ ਇਹਦੇ ਵਿੱਚ ਉਹ ਸੋਚਿਆ ਜਾਂਦਾ ਕਰਦੇ ਜਾਓ ਕਰਦੇ ਜਾਓ ਕਰਦੇ ਜਾਓ ਯਾਨੀ ਇਹ ਲਫਜ਼ ਦਾ ਇਹ ਮਤਲਬ ਹੈ ਫਿਲੀਪੀਆਂ 2 ਦੀ ਤੁਸੀਂ 3-4 ਆਏ ਅਤੇ 2 ਪੀਟਰ 2 ਪਤਰਸ 1:7 ਇਹ 2 ਵਰਸਿਸ ਪੜ੍ਹ ਲਓ ਮਤਲਬ ਇਹਦੇ ਵਿੱਚ ਸਾਨੂੰ ਕੌਨਸੈਪਟ ਜਾਂ ਮਫਹੂਮ ਮਿਲ ਸਕਦਾ ਹੈ ਜੀ ਹਾਂ ਫਿਲੀਪੀਆਂ 2 ਦੀ 3-4 ਦੇ ਵਿੱਚ ਇਸ ਤਰ੍ਹਾਂ ਲਿਖਿਆ ਜੀ ਧੜੇਬਾਜ਼ੀ ਅਥਵਾ ਫੋਕੇ ਘਮੰਡ ਨਾਲ ਕੁਝ ਨਾ ਕਰ ਸਕੋਗੇ ਤੁਸੀਂ ਅਧੀਨਗੀ ਨਾਲ ਇੱਕ ਦੂਜੇ ਨੂੰ ਆਪਣੇ ਆਪ ਤੋਂ ਉੱਤਮ ਜਾਣੋ ਠੀਕ ਹਾਂਜੀ 4 ਵਿੱਚ ਲਿਖਿਆ ਹੈ ਤੁਹਾਡੇ ਵਿੱਚੋਂ ਹਰੇਕ ਜਾਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ ਕਿਆ ਆਪਣੇ ਉੱਤੇ ਦੂਸਰਿਆਂ ਦੇ ਸੈਲਫਿਸ਼ਨੈਸ ਨਹੀਂ ਹੈ ਮਤਲਬ ਅਗਲਿਆਂ ਦੀ ਭਲਾਈ ਕਰੋ ਚਾਹੇ ਉਹ ਇਸ ਗੱਲ ਨੂੰ ਉਹਦਾ ਕੀ ਅਜਰ ਮਿਲਦਾ ਨਹੀਂ ਮਿਲਦਾ ਬਸ ਕਰੀ ਚਲੋ ਕਰੀ ਚਲੋ ਹਾਂਜੀ ਠੀਕ ਹੈ ਬਿਲਕੁਲ ਜੀ ਦੂਸਰਾ ਕਿਹੜਾ ਸਰ ਦੱਸੇਗਾ ਜੀ ਦੂਸਰੇ ਪਤਰਸ ਦਾ ਪਹਿਲੇ ਦਾ 7 ਦੂਸਰੇ ਪਤਰਸ ਦਾ ਪਹਿਲੇ ਦਾ 7 ਹਾਂਜੀ ਉਸਦੇ ਵਿੱਚ ਲਿਖਿਆ ਹੈ ਅਤੇ ਭਗਤੀ ਨਾਲ ਭਰਮਣ ਅਤੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ ਹਾਂਜੀ ਅੱਛਾ ਇਹਦਾ ਮਤਲਬ ਇਹ ਵੇ ਕਿ ਹਾਂਜੀ ਇੰਗਲਿਸ਼ ਵਿੱਚ ਪੜ੍ਹ ਲਓ ਹਾਂ ਇਹ ਭਰਮਣ ਕੁਛ ਬਾਲੀ ਗੂੜੀ ਲਿਖੀ ਹੋਈ ਨਾ ਨਹੀਂ ਅੱਛਾ ਪਤਾ ਨਹੀਂ ਤੁਹਾਨੂੰ ਪਤਾ ਲੱਗਿਆ ਕਿ ਨਹੀਂ ਲੱਗਿਆ ਜੀ ਮੈਨੂੰ ਤਾਂ ਮੀਨਿੰਗ ਇਹ ਨੇ ਕਿ ਬਿਲਕੁਲ ਇੰਗਲਿਸ਼ ਵਿੱਚ ਅੱਛਾ ਤੁਸੀਂ ਹੋਰ ਦੇਖ ਲਓ ਹਾਂ ਦੂਜੇ ਪਤਰਸ ਦਾ ਪਹਿਲੇ ਦਾ 7 ਵਿੱਚ ਇਸ ਤਰ੍ਹਾਂ ਲਿਖਿਆ ਹੈ ਐਂਡ ਟੂ ਗੋਡਲੀਨੈਸ ਬ੍ਰਦਰਲੀ ਕਾਇੰਡਨੈਸ ਐਂਡ ਬ੍ਰਦਰਲੀ ਕਾਇੰਡਨੈਸ ਚੈਰਿਟੀ ਹਾਂ
ਬਰਾਦਰਾਨਾ ਉਲਫਤ ਹੈ, ਯਾਨੀ ਕਿ ਆਪਣਾ ਨਹੀਂ ਬਲਕਿ ਦੂਸਰਾ ਦਾ ਸੋਚ। ਬਹੁਤ ਵਰਸਿਸ ਨੇ, ਪਹਿਲਾ ਯੋਹਨਾ 3 ਦੀ 6 ਵੀ ਹੈ, ਪਹਿਲਾ ਯੋਹਨਾ 3 ਦੀ 6 ਠੀਕ ਹੈ। ਇਹ ਅਗਲਿਆਂ ਲਈ ਤੁਹਾਨੂੰ ਸੋਚਣਾ, ਨਾਟ ਬਲੈਸ ਮੀ ਦੀ ਗੱਲ ਨਹੀਂ ਹੋ ਰਹੀ ਬਲਕਿ ਦੂਸਰੇ। ਅੱਛਾ, ਜਦੋਂ ਬੰਦਾ ਨਵਾਂ ਜੀਵਨ ਉਹਨੂੰ ਮਿਲ ਜਾਂਦਾ ਅਤੇ ਰੂਹ ਨਾਲ ਭਰਿਆ ਜਾਂਦਾ ਅਤੇ ਇਹ ਉਸ ਸ਼ਖਸ ਦੀ ਪਹਿਚਾਣ ਹੁੰਦੀ ਹੈ ਕਿ ਉਹ ਬੜੇ ਨਰਮ ਦਿਲੀ ਦੇ ਨਾਲ ਅਗਲਿਆਂ ਨਾਲ ਗੱਲਬਾਤ ਕਰਦਾ, ਉਹਦਾ ਸੁਭਾਅ ਇਹ ਇੱਕ ਦੱਸਦਾ ਹੈ ਕਿ ਯਾਰ ਇਹਦੇ ਵਿੱਚ ਇਹ ਪਾਕ ਰੂਹ ਦਾ ਇਹ ਫਰੂਟ ਹੈਗਾ ਠੀਕ ਹੈ। ਅਤੇ ਉਹ ਆਪਣੇ ਸੁਭਾਅ ਕਹਿ ਲਓ, ਮਜ਼ਾਜ ਕਹਿ ਲਓ, ਲੋਕਾਂ ਨੂੰ ਇੰਝ ਉਹਨਾਂ ਨਾਲ ਗੱਲਬਾਤ ਕਰਦਾ, ਇੰਝ ਹੁੰਦਾ ਕਿ ਉਹ ਆਪਣਾ ਫੈਨ ਹੀ ਬਣਾ ਲੈਂਦਾ, ਯਾਨੀ ਕਿ ਲੋਕ ਉਹਨੂੰ ਕੀ ਉਹਦੇ ਵਿੱਚੋਂ ਯਸੂ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਨੇ ਠੀਕ ਹੈ। ਅਤੇ ਮਤਲਬ ਉਹਦੇ 'ਚ ਇੱਕ ਮੈਗਨੇਟ ਜਿਹਾ ਹੁੰਦਾ ਜਿਹੜਾ ਯਸੂ ਦਾ ਮੈਗਨੇਟ ਹੁੰਦਾ ਕਿ ਉਹ ਸੋ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦੂਜਿਆਂ ਦੀ ਬੁਰਾਈਆਂ ਕਰਦੇ ਨੇ, ਕਿਧਰੇ ਵੀ ਬਹਿ ਜਾਉਣਾ ਕਲਾਮ ਦੇ ਵਿੱਚ ਜਾਂ ਉਹ ਜਾਂ ਉਹ ਫਲਾਣਾ ਖਤਮ ਹੈ ਜੇ, ਇਹ ਬੁਰਿਆਈ ਕਰਕੇ ਆਪਣੇ ਆਪ ਨੂੰ ਵੱਡਾ ਸਾਬਤ ਕਰਨਾ ਚਾਹੁੰਦੇ ਨੇ, ਇਹ ਨਹੀਂ ਇਹ ਨਹੀਂ ਹੈ, ਮਿਹਰਬਾਨੀ ਇਹ ਨਹੀਂ ਹੈ। ਲੇਕਿਨ ਜਿਹੜਾ ਰੂਹ ਨਾਲ ਭਰਿਆ ਸ਼ਖਸ ਹੈ, ਆਤਮਾ ਨਾਲ ਭਰਿਆ ਸ਼ਖਸ ਜਿਹੜਾ, ਉਹ ਹਰ ਇਨਸਾਨ ਦੇ ਨਾਲ ਦਿਆਲਗੀ ਅਤੇ ਨਰਮ ਦਿਲੀ ਨਾਲ ਉਹ ਜਿਹੜਾ ਨਾ ਉਹ ਪੇਸ਼ ਆਉਂਦਾ ਠੀਕ ਹੈ ਜੀ ਸਰ ਜੀ। ਅਤੇ ਰੋਮੀਓ 2:4 ਦੇ ਵਿੱਚ ਇਹ ਵੀ ਇੱਕ ਦੇਖੋ ਕਿ ਪਰਮੇਸ਼ਵਰ ਦੀ ਦਿਆਲਗੀ ਜਦੋਂ ਸਾਡੇ 'ਚ ਆਉਂਦੀ ਹੈ, ਇਸ ਲਈ ਆਉਂਦੀ ਹੈ ਕਿ ਅਸੀਂ ਲੋਕਾਂ ਨਾਲ ਵੀ ਉਹਨੂੰ ਵੰਡੀਏ। ਹਾਂਜੀ ਹਾਂਜੀ, ਉਹ ਪੜ੍ਹ ਜਾ। ਹਾਂਜੀ, ਰੋਮੀਓ 2:4 ਵਿੱਚ ਇਸ ਤਰ੍ਹਾਂ ਕਿਹਾ ਹੈ, ਅਥਵਾ ਤੂੰ ਉਹਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ ਨੂੰ ਤੁੱਛ ਸਮਝਦਾ ਹੈ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ। ਪਰਮੇਸ਼ਰ ਦੀ ਮਿਹਰਬਾਨੀ ਹੈ ਜਿਹੜੀ ਪਛਤਾਵੇ ਵੱਲ ਨੂੰ ਤੋਰਦੀ, ਮਤਲਬ ਉੱਧਰ ਤੋਰਦੀ ਲਫ਼ਜ਼ ਠੀਕ ਹੈ। ਅੱਛਾ, ਪਾਲੂਸ ਰਸੂਲ ਨੇ ਵੀ ਦਿਆਲਗੀ ਦੇ ਬਾਰੇ 'ਚ ਕਿਹਾ ਕਿ ਭਾਈ ਇਹ ਦਿਆਲਗੀ ਦਾ ਨਾ ਵਸਤਰ ਹਰ ਵਿਸ਼ਵਾਸੀ ਪਾਈ ਰੱਖੇ, ਇਹਨੂੰ ਲਾਣਾ ਨਹੀਂ ਹੈ, ਮਤਲਬ ਹੈ ਕਿ ਲਿਬਾਸ ਪਾਈ ਰੱਖੇ ਦਿਆਲਗੀ ਦਾ, ਯਾਨੀ ਇਤਮਿਨਾਨ ਦਾ ਠੀਕ ਹੈ। ਕੀ ਹੈ ਉਹਦਾ ਇੰਗਲਿਸ਼ 'ਚ ਕੀ ਹੈ, ਪੀਸ ਕਾਈਨੈਸ, ਕਾਈਨੈਸ ਯਾਨੀ ਲੋਕਾਂ ਉੱਤੇ। ਦੇਖੋ ਬਾਅਦ ਗੱਤ ਅਸੀਂ ਉਹ ਪਾਇਆ ਤਾਂ ਹੁੰਦਾ ਨਾ ਦਿਆਲਗੀ ਦਾ, ਜਦੋਂ ਸਾਨੂੰ ਬੜਾ ਵੱਠ ਚੜ੍ਹਦਾ ਕਿਸੇ 'ਤੇ ਤਾਂ ਫਿਰ ਅਸੀਂ ਇਹ ਡਰੈਸ ਲਾ ਕੇ ਕਿੱਲੀ 'ਤੇ ਟੰਗ ਦਿੰਦੇ ਹਾਂ ਅਤੇ ਕਹਿੰਦੇ ਹਾਂ ਇਹਨੂੰ ਟੰਗ ਦੇਈਏ, ਪਹਿਲੇ ਅਗਲੇ ਦਾ ਕੰਮ ਕਰ ਲਈਏ ਅਤੇ ਛੰਡ ਛੁੰਡ ਕੇ ਪਾ ਲਾਂਗੇ, ਨਾ ਇਹਨੂੰ ਲਾਣਾ ਨਹੀਂ। ਚਲੋ ਪਾਲੂਸ ਕੀ ਕਹਿੰਦਾ, ਕਿਹੜਾ ਜੀ ਕਿਹੜੀ ਆਇਤ ਜੀ ਕੀ ਦੱਸੀ ਸੀ, ਕੁਲਸੀਓ 3:12 ਓਕੇ, ਕਲੋਜਨ ਚੈਪਟਰ 3:12 ਠੀਕ ਹੈ ਜੀ, ਇਹ ਲਾਣਾ ਨਹੀਂ। ਹਾਂ, ਲਾਣਾ ਹਮੇਸ਼ਾ ਬਾਤ ਕਰ, ਕਹਿੰਦੇ ਹਾਂ ਚੱਲ ਯਾਰ ਇੱਕ ਮਿੰਟ ਲਾ ਕੇ ਇਹਦਾ ਕੰਮ ਕੁੰਮ ਕਰ ਲਈਏ ਅਤੇ ਫਿਰ ਪਾ ਲਾਂਗੇ, ਇਹਨੂੰ ਪਾਈ ਰੱਖਣਾ ਇਹ ਡਰੈਸ ਪਾ। ਬਿਲਕੁਲ ਜੀ, ਹਾਂ, ਕੁਲਸੀਆਂ 3:12 ਵਿੱਚ ਇਸ ਤਰ੍ਹਾਂ ਕਿਹਾ ਜੀ, ਜੋ ਤੁਸੀਂ ਪਰਮੇਸ਼ਰ ਦੀਆਂ ਚੁਣੀਆਂ ਹੋਈਆਂ ਵਾਂਗੂ, ਯਾਨੀ ਚੁਣੇ ਹੋ ਤੁਸੀਂ, ਹਾਂ, ਤੁਸੀਂ ਪਰਮੇਸ਼ਰ ਦੀਆਂ ਚੁਣਿਆ ਹੋਈਆਂ ਵਾਂਗੂ ਜਿਹੜੇ ਪਵਿੱਤਰ ਅਤੇ ਪਿਆਰੇ ਹਨ, ਰਹਿਮ ਦਲੀ ਦਿਆਲਗੀ ਅਧੀਨਗੀ ਨਰਮਾਈ ਅਤੇ ਧੀਰਜ ਨੂੰ ਪਹਿਨ ਲਓ, ਪਹਿਨ ਲਓ ਇਹਨੂੰ, ਹੈਂ, ਜੇ ਪਾਇਆ ਤਾਂ ਲੈਣਾ ਵੀ ਨਹੀਂ। ਹਾਂ, ਇਹ ਮਤਲਬ ਇਹਨੂੰ ਦੱਸੋ, ਇਹ ਪਹਿਨ ਲਓ ਲਿਖਿਆ, ਜਿਹੜੀ ਚੀਜ਼ ਪਹਿਨਦੇ ਹੈਗੇ ਹਾਂ ਅਤੇ ਉਹ ਆਪਾਂ ਲਾਉਣੇ ਵੀ ਹੈਗੇ ਹਾਂ, ਪਰ ਇਹ ਹੈਗਾ ਉਹਨੂੰ ਲਾਉਣਾ ਨਹੀਂ ਹੈਗਾ, ਕੱਪੜਾ ਹੈ ਨਾ ਇਹਨੂੰ ਆਪਾਂ ਪਾ ਲੈਂਦੇ, ਵਰਨਾ ਫਿਰ ਪਾ ਕੇ ਰੱਖਣਾ ਇਹ, ਕਿਉਂਕਿ ਚੰਗੀ ਚੀਜ਼ ਆ ਇਹਨੂੰ ਹਮੇਸ਼ਾ ਹੀ ਪਾ ਕੇ ਰੱਖਣਾ, ਵਰਨਾ ਫਿਰ ਉਹ ਖੁਦਾ ਕਹਿੰਦਾ ਪ੍ਰਕਾਸ਼ ਦੀ ਪੋਥੀ 'ਚ, ਉਹ ਤੂੰ ਕਹਿੰਦਾ ਮੈਂ ਬੜਾ ਅਮੀਰ ਹਾਂ, ਹੈਂ, ਤੂੰ ਤਾਂ ਗਰੀਬ ਹੈ ਅਤੇ ਨਾਲੇ ਨੰਗਾ ਮੈਂ, ਕਿਉਂ ਨੰਗਾ ਹੈ ਭਾਈ, ਤੇਰੇ ਉੱਤੇ ਡਰੈਸ ਹੀ ਕੋਈ, ਹੈਂ, ਇਹ ਚੀਜ਼ਾਂ ਪਾਈਆਂ ਜਿੰਝੋ
इफसियां छे दी है ना 13 तो 16 तक ही सी वो वस्त्र पा लो है ना वो पाने ही ने एक फौजी नो बिल्कुल जी है और यह जरा जी पाने है ना यह चॉइस है ही हाँ चॉइस है पर यह इदा नहीं है मैं बहुत दयालवी हाँ बहुत दयालू हाँ अपने आप ही कही जाना यह पायो या नहीं पायो है क्योंकि यह दूसरे इंसान के नाल रिलेटेड है जो सा रिश्ता असि इंसान किस तरह विचरते हाँ उदो पता लगता है यानी कि असं पायो आ या नहीं पायो साढ़े दयालगी है या नहीं है वो कि नज़र आती है वो सारे ही प्यार दे विच फ्रेंड बन जाते फ्रेंड गर्विदा हो जाते हैं वो यार फलाना नहीं आया क्यों क्योंकि वो मसीह है गल तो मसीह की है दयालु कृपालू तो वही है ना बिल्कुल रहीम और उतना जी सारी चंगाई उतो आती है ये ओदे ही गुण है रब हां जी ते ए फिर पालूस ने भी कहा कि ए पा के रखो इदा नहीं जदों इंसान हालेलुया इंसानाच विचरते उदों ला लो घर आके फिर पा लो या या चर्च विच चर्च दे लोकां ने ठीक है घर आओ ते ला के ते वाइफ नु कुटो सॉरी या मेरा मतलब बच्चियां नु ओ ड्रेस हर यार क्या हो जी गुरशरण साहब काम तो औखा ही है लेकिन करना ही पैना पानी पानी ठीक है सर अच्छा हूँ ये जी दयालगी दया कुछ खूबियां ने जड़िया फिर नज़र ते आनियां चाहिए हैं वो नंबर एक लिखो कि ये दूसरियां दे कसूर नू माफ कर छड़ दे माफ करना दयालगी का मतलब ये वे दूजियां दे कसूर जड़े साढ़े दे उन्हें किते ने देखो ना असी किसे लई बुरा काम नहीं किया फिर भी साढ़े ते लोकां ने जे किया है बंदे नू वट ते चढ़ता है लेकिन ये दयालगी बंदे नू कहती है ओ जाने सानू बजाए गुस्से दे उदे ते तरस आंदा है हैं देखो ना इफसियां 4:32 वेखो एफिशियन चैप्टर 4:32 यानी वो माफ कहता है यार गल सुनो ओ जे तेरे को हो गया तू जाके माफी मांग जे ओदे को हो गया ना ते कोई गल नहीं तू माफ कर दे अगर हो सके ते आप ही टूट जा हैं बिल्कुल जी ठीक है सो ये एक दयालगी दी निशानी सारे तो वड्डी है बिल्कुल क्योंकि एदा तल्लक जड़ी लॉर्ड्स प्रेयर है हैं कि दुआए रबानी है हैं जे तुसी दूसरियां दे पाप माफ नहीं करदे ते पिता परमेश्वर जी कहता मैं तुहाडे पाप माफ नहीं करांगा बिल्कुल यानी दुआई नहीं सुनी जानी सो ये देख लो कि सब तो वड्डी निशानी है वे के वो बंदा माफ ओ चल यार माफ करना या बिल्कुल जी इफसियां 4:32 जी हां जी तो गल कर लेगा सॉरी तो तुसी नहीं ठीक बिल्कुल कहने जी ये ओ जिहदा पत्रस ये अपने अपने ये अपने कहंदा ना ये पालो पीटर हाँ हाँ जी नहीं सॉरी पालूस रुसी पालूस कहना हाँ सॉरी हाँ जी वो कहता पालो हम पौना या नहीं पौना अपनी मर्जी जो तुम क्या ना चॉइस है ना चॉइस अपनी है खुदा कभी किसे ते नहीं जोर पाना लौना नहीं है ना लौना नहीं लौना ये आप ही ड्राई क्लीन हो जाएगा हाँ जी अपने और शैतान का एक काम है कि वह कहता ला इन ये की है तू सारे तेन दबी फिर रहे ने तू जंगा ये उठ मर्द मन हाँ ते लूका 9:23 के विच लिखे है कि अपनी खुदी तो डिनाई करो है बिल्कुल ते रोज अपनी सलीब चुको डिनाई योरसेल्फ डिनाई यानी के मार छोड़ो अपने आप जो कोई गल्ला भी कढ़न रहा है कुछ कर रहा है यसू ली लिखे है गल लम्मी हो रही के वो गल्ला सुन के भी गल्ला नहीं सी कढ़दा जे कोई उन्हूं डरांदा धमकांदा सी ते उन्हूं भी वो नहीं सी डरांदा हलो वो 12 तुमन यानी 72,000 अगर वो आर्डर करता ना 72,000 फरिश्ते एकदम आ सकते ओदी मदद ली लेकिन नहीं सो ये सभाव की गल है ये जरा असी काइंडनेस की गल हो रही है दयालगी यसू को होर वड्डा कौन दयालगी दस सकता है ठीक है सर सो आप ये देख रहे हैं 4:32 वो अच्छा ये भी पढ़नी पढ़ी हां जी इच है लिखा ये कादे ली सी
ਇਫਸੀਆਂ 4 ਦੀ 32 ਪੜ੍ਹ ਕੇ ਦੇਖ ਲੈਂਦੇ ਹਾਂ ਜੀ ਜੀ ਇਹ ਭਾਈ ਦੂਜਿਆਂ ਦੇ ਪਾਪ ਮਾਫ ਕਰੋ ਹਾਂ ਠੀਕ ਹੈ ਪਾਪ ਕਿਉਂ ਮਾਫ ਕਰੋ ਉਹਨਾਂ ਤੁਹਾਡੇ ਤੇ ਬੜੇ ਜ਼ੁਲਮ ਕੀਤਾ ਪੜ੍ਹਦਾ ਹਾਂਜੀ ਇਸ ਲਿਖਿਆ ਜੀ ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ ਹੈ ਕਿਰਪਾਵਾਨ ਮਤਲਬ ਹਾਂਜੀ ਬੀ ਉਹ ਕਾਇੰਡ ਹੋਵੋ ਮਰਸੀਫੁਲ ਹੋਵੋ ਹਾਂਜੀ ਦੂਸਰਿਆਂ ਨੂੰ ਮਾਫ਼ ਕਰੋ ਹਾਂਜੀ ਅਤੇ ਫੋਰਗਿਵ ਕਰੋ ਹਾਂਜੀ ਦੂਸਰਿਆਂ ਨੂੰ ਸੋ ਇਹ ਦਿਆਲਗੀ ਨੰਬਰ 2 ਇਹ ਜਿਹੜੀ ਦਿਆਲਗੀ ਹੈ ਇਹ ਪ੍ਰੇਮ ਦੀ ਇੱਕ ਪਿਕਚਰ ਹੈਗੀ ਹੈ ਜਾਂ ਇਹ ਜਿਹੜਾ ਬੰਦਾ ਦਿਆਲਗੀ 'ਚ ਨਾ ਤਾਂ ਉਹ ਅਗਰ ਮਿਰਰ 'ਚ ਵੇਖੇਗਾ ਤਾਂ ਉਹਨੂੰ ਮੁਹੱਬਤ ਹੀ ਨਜ਼ਰ ਆਉਣੀ ਚਾਹੀਦੀ ਹੈ ਇਹਦਾ ਕੀ ਤੁਸੀਂ ਕਹੋਗੇ ਠੀਕ ਹੈ ਦਿਆਲਗੀ ਜਿਹੜੀ ਹੈ ਮੁਹੱਬਤ ਦਾ ਇਜ਼ਹਾਰ ਕਰਦੀ ਹੈ ਪਹਿਲਾਂ ਕਰੰਥੀਆਂ 13:4 'ਚ ਕਿ ਜਿਹੜੀ ਮੁਹੱਬਤ ਏ ਸਾਬਰ ਏ ਅਤੇ ਨਾਲੇ ਮਿਹਰਬਾਨ ਉਹ ਪੜ੍ਹ ਦਿਓ ਆਪਾਂ ਪੜ੍ਹਦੇ ਹਾਂ ਜੀ ਪਹਿਲਾਂ ਕਰੰਥੀਆਂ 13 ਦੀ ਮੁਹੱਬਤ ਦਾ ਚੈਪਟਰ ਅਗਾਪੇ ਮੁਹੱਬਤ ਦਾ ਹਾਂਜੀ ਅਨਕੰਡੀਸ਼ਨਲ ਗੈਰ ਮਸ਼ਰੂਤ ਹਾਂ ਜੀ ਸਰ ਪਹਿਲਾਂ ਕਰੰਥੀਆਂ 13:4 ਹਾਂਜੀ ਉਸ ਵਿੱਚ ਲਿਖਿਆ ਹੈ ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ ਇਹ ਵੀ ਇਹ ਜਿਹੜੀ ਹੈ ਨਾ ਦਿਆਲਗੀ ਇਹ ਮੁਹੱਬਤ ਦੀ ਪਿਕਚਰ ਹੈ ਪ੍ਰੇਮ ਖੁਣਸ ਨਹੀਂ ਕਰਦਾ ਹਾਂਜੀ ਪ੍ਰੇਮ ਫੁੱਲਦਾ ਨਹੀਂ ਪ੍ਰੇਮ ਫੂੰ ਨਹੀਂ ਕਰਦਾ ਸੋ ਇਹ ਦੂਸਰੀ ਨਿਸ਼ਾਨੀ ਹੈਗੀ ਹੈ ਇਹ ਖੂਬੀ ਹੈ ਕਿ ਦਿਆਲਗੀ ਫੂੰ ਮਤਲਬ ਹੈ ਮੇਰੇ ਨਾਲ ਇੱਦਾਂ ਕੀਤਾ ਮੈਂ ਇੱਦਾਂ ਮੈਨੂੰ ਇੱਦਾਂ ਕਹਿਤਾ ਇਹ ਕਿੱਦਾਂ ਕਰਤਾ ਇੱਦਾਂ ਹਿੰਮਤ ਕਿੱਦਾਂ ਪਈ ਹੈ ਮੈਨੂੰ ਮੇਰਾ ਤਾਂ ਕਸੂਰ ਹੀ ਨਹੀਂ ਸੀ ਇਹਨੂੰ ਇਹਦੀ ਜ਼ਰੂਰਤ ਕੀ ਹੋਈ ਅਤੇ ਖੁਦਾ ਯੇਸੂ ਕਹਿੰਦੇ ਨਾ ਆਪਣੇ ਆਪ ਨੂੰ ਮਾਰ ਛੱਡੋ ਇੱਕ ਮਰੇ ਬੰਦੇ ਨੂੰ ਭਾਵੇਂ ਠੁੱਡੇ ਮਾਰੋ ਜਾਂ ਕੁਝ ਕਰੋ ਉਹਨੂੰ ਇਹ ਲੈਵਲ ਚਾਹੀਦਾ ਠੀਕ ਹੈ ਅਤੇ ਤੀਸਰਾ ਨੰਬਰ 'ਤੇ ਦਿਆਲਗੀ ਜਾਂ ਕੀ ਮਿਹਰਬਾਨੀ ਦੀ ਖੂਬੀ ਇਹ ਹੁੰਦੀ ਹੈ ਕਿ ਜਿਹੜਾ ਕੋਈ ਸ਼ਖਸ ਹੈ ਜਾਂ ਖਾਦਮ ਹੈ ਜੀ ਉਹਦੀ ਇੱਕ ਮਸੀਹੀ ਹੋਣ ਦੀ ਇੱਕ ਬੜੀ ਵੱਡੀ ਨਿਸ਼ਾਨੀ ਹੈ ਦੂਸਰਾ ਕਰੰਥੀਆਂ 6:6 ਮਤਲਬ ਇਹਦੇ ਤੋਂ ਪਤਾ ਲੱਗਦਾ ਇਹ ਵਿਸ਼ਵਾਸੀ ਹੈ ਸੱਚਾ ਯਸੂ ਦਾ ਚੇਲਾ ਹੈਗਾ ਇਹ ਗੱਲ ਹੋ ਰਹੀ ਹੁਣ ਮਨੁੱਖਤਾ ਦੇ ਨਾਲ ਸਾਡਾ ਰਿਲੇਸ਼ਨ ਸੈਕਿੰਡ ਗਰੁੱਪ ਜੀ ਜੀ ਹਾਂਜੀ ਹਾਂ ਪੜ੍ਹਦੀ ਜੀ ਜੀ ਸਰ ਹਾਂ ਦੂਜਾ ਕਰੰਥੀਆਂ 6:6 ਵਿੱਚ ਇਸ ਤਰ੍ਹਾਂ ਲਿਖਿਆ ਹੈ ਨਿਰਮਲਤਾਈ ਤੋਂ ਗਿਆਨ ਤੋਂ ਧੀਰਜ ਤੋਂ ਦਿਆਲਗੀ ਤੋਂ ਪਵਿੱਤਰ ਆਤਮਾ ਤੋਂ ਨਿਸ਼ਕਪਟ ਪ੍ਰੇਮ ਤੋਂ ਹਾਂਜੀ 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 ਸੋ ਚੌਥਾ ਪੁਆਇੰਟ ਨਹੀਂ ਦੇਖ ਹਾਂਜੀ ਇੰਗਲਿਸ਼ ਹੀ ਦੇਖ ਲਓ ਹਾਂ ਦੇਖ ਲਿਓ ਕੋਈ ਨਹੀਂ ਦੇਖ ਲਓ ਠੀਕ ਹੈ ਤੁਹਾਡਾ ਹੱਥ ਉੱਧਰ ਗਿਆ ਤਾਂ ਬਿਲਕੁਲ ਪੜ੍ਹ ਦੇਣਾ ਚਾਹੀਦਾ ਕਿਉਂਕਿ ਕਈ ਵਰਡ ਨਹੀਂ ਸਮਝ ਆਉਂਦੇ ਅਤੇ ਮੇਨ ਮਕਸਦ ਸਾਡਾ ਹੈ ਹਾਂਜੀ ਦੂਜਾ ਕਰੰਥੀਆਂ 6:6 ਵਿੱਚ ਇਸ ਤਰ੍ਹਾਂ ਲਿਖਿਆ ਹੈ ਫਰੋਮ ਪੇਅਰਨੈਸ ਟੂ ਨੌਲੇਜ ਦੂਜਾ ਕਰੰਥੀਆਂ 6:6 ਹਾਂ ਠੀਕ ਹੈ ਫਰੋਮ ਪੇਅਰਨੈਸ ਟੂ ਨੌਲੇਜ ਬਾਈ ਲੋਂਗ ਸਫਰਿੰਗ ਬਾਈ ਕਾਈਂਡਨੈਸ ਕਾਈਂਡਨੈਸ ਹਾਂ ਬਾਈ ਹੋਲੀ ਗੋਸਟ ਬਾਈ ਲਵ ਅਨਫਿਨਿਸ਼ਡ ਹਾਂਜੀ ਠੀਕ ਹੈ ਸੋ ਚੌਥੀ ਜਿਹੜੀ ਦਿਆਲਗੀ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਇਹ ਪਰਮੇਸ਼ਵਰ ਦੀ ਅਨੁਗ੍ਰਹਿ ਹੈ ਜਾਂ ਫਜ਼ਲ ਹੈ ਜਾਂ ਕਿਰਪਾ ਦੀ ਇੱਕ ਇਹ ਵੀ ਇੱਕ ਜਿਸ ਯਾਰ ਇਸ ਬੰਦੇ ਉੱਤੇ ਇੰਨਾ ਇਹ ਕਾਈਂਡਨੈਸ ਜਾਂ ਮਿਹਰਬਾਨ ਹੈ ਇਹਦੇ 'ਤੇ ਰੱਬ ਦੀ ਕਿਰਪਾ ਹੈ ਇਹ ਬੜੀ ਵੱਡੀ ਗੱਲ ਹੈ ਇਫਸੀਆਂ 2:7 ਸੋ ਇਹ ਚੀਜ਼ਾਂ ਨਾਲ ਵੀ ਅਸੀਂ ਹੁਣ ਸ਼ੈਤਾਨ ਵੱਲੋਂ ਤਾਂ ਨਹੀਂ ਨਾ ਇਹ ਮਿਹਰਬਾਨੀ ਆ ਦਿਆਲਗੀ ਆਉਂਦੀ ਹੈ ਨਾ ਉਹ ਤਾਂ ਕਹਿੰਦਾ ਮਾਰੋ ਕੁੱਟੋ ਯੂਹੰਨਾ 10:10 ਤੇ ਆਉਂਦਾ ਮਾਰਨ ਤਬਾਹ ਕਰਨ ਕਤਲ ਕਰਨ ਇਹ ਤੋਹਫ਼ਾ ਪਰਮੇਸ਼ੁਰ ਵੱਲੋਂ
मनुख नूं दिता जांदा है ताकि मनुखता दे विच वंडे ते इह उहदी अनुग्रह है। ठीक है, बिल्कुल जी। ठीक है, इफिसियां 2 दी 7। हाँ, इफिसियां 2 दी 7 विच इस तरह लिखा है जी, कि उस दयालगी नाल जो मसीह यीशु विच साडे उत्ते है ਉਹ ਆਉਣ ਵਾਲੀਆਂ ਯੁੱਗਾਂ ਵਿੱਚ ਆਪਣੀ ਕਿਰਪਾ ਦਾ ਬੇਹੱਦ ਧੰਨ ਉਜਾਗਰ ਕਰੇ। ਠੀਕ ਹੈ, ਹਾਂਜੀ ਠੀਕ। ਅੱਛਾ, ਇੱਕ ਹੋਰ ਜਿਹੜੀ ਖੂਬੀ ਹੈ, ਸ਼ਾਇਦ ਪੰਜਵੀਂ ਹੈ ਜੀ, ਉਹ ਇਹ ਵੇ ਕਿ ਇਹ ਇੱਕ ਬਰਗਜ਼ੀਦੀ ਦਾ ਮਤਲਬ ਹੈ, ਬਰਗਜ਼ੀ ਦਾ ਲਫਜ਼ ਇੱਕ ਜਿਹਨੂੰ ਕਹਿ ਲਓ ਰਾਈਚਸ ਧਾਰਮਿਕਤਾ ਦੀ ਜਾਂ ਇੱਕ ਧਰਮੀ ਬੰਦੇ ਦੀ ਧਾਰਮਿਕਤਾ ਦਾ ਇੱਕ ਸਬੂਤ ਹੈ, ਹੈ ਨਾ। ਇਹਨੂੰ ਕੁਲਸੀਆਂ 3:13 ਯਾਨੀ ਕਿ ਦਿਆਲਗੀ ਦੇ ਵਿੱਚ ਤਾਂ ਮਾਫ਼ੀ ਕਰਨਾ। ਠੀਕ ਹੈ, ਹਾਂ, ਇਹ ਭਾਵੇਂ ਯਿਸੂ ਨੇ ਕੀ ਕਿਹਾ ਸੀ, ਜਿਹੜਾ ਤੇਰੇ ਇੱਕ ਗੱਲ 'ਤੇ ਇੱਕ ਤਮਾਚਾ ਮਾਰੇ ਦੂਜਾ ਵੀ ਫੇਰ ਦੇ, ਇਹ ਜੀ, ਹੈ ਨਾ। ਹਾਂਜੀ ਹਾਂਜੀ, ਇੱਥੇ ਲਿਖਿਆ ਹੈ ਜੀ ਕੁਲਸੀਆਂ 3:13 ਵਿੱਚ, ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ, ਗਿਲਾ ਮਤਲਬ ਕੰਪਲੇਨ ਸ਼ਿਕਾਇਤ ਰੱਖਦਾ ਹੋਵੇ, ਤਾਂ ਇੱਕ ਦੂਏ ਦੀ ਸਹਿ ਲਵੇ, ਉਹ ਇੱਕ ਦੂਸਰੇ ਦੀ ਸਹਿ ਲਓ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਹਾਂਜੀ, ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ ਤਵੇਂ ਤੁਸੀਂ ਵੀ ਕਰੋ। ਬਿਲਕੁਲ ਜੀ, ਬਿਲਕੁਲ। ਠੀਕ ਹੈ, ਕਿਸੇ ਦੇ ਲਈ ਕੋਈ ਗਿਲਾ, ਕੋਈ ਕੰਪਲੇਨ, ਕੋਈ ਸ਼ਿਕਾਇਤ ਨਹੀਂ। ਹੁਣ 6ਵੀਂ ਚੀਜ਼, ਇੱਕ ਹੋਰ ਇਹਦੀ ਖੂਬੀ ਇਹ ਵੇ ਦਿਆਲਗੀ ਦੀ, ਜਾਂ ਕੀ ਕਹਿ ਲਓ ਮਿਹਰਬਾਨੀ ਜਾਂ ਕਾਇੰਡਨੈਸ ਦੀ, ਇਹ ਜਦੋਂ ਸਾਡੇ ਵਿੱਚ ਪਹਿਲੇ ਤਾਂ ਸਾਨੂੰ ਇਸ ਦੀ ਵਜ੍ਹਾ ਨਾਲ ਮੁਕਤੀ ਮਿਲੀ, ਹੁਣ ਰੱਬ ਚਾਹ ਰਿਹਾ ਕਿ ਤੁਹਾਡੇ ਵਸੀਲੇ ਨਾਲ ਵੀ ਲੋਕਾਂ, ਜਦੋਂ ਤੁਸੀਂ ਦਿਆਲਗੀ ਵੀ ਕਾਇਮ ਰੱਖੋਗੇ ਤਾਂ ਉਹ ਵੀ ਨਜਾਤ ਪਾਉਣਗੇ। ਠੀਕ ਹੈ, ਇਹਨੂੰ ਦੇਖ ਲਓ ਕਿ ਇਹ ਜਿਹੜੀ ਪਰਮੇਸ਼ਵਰ ਦੀ ਦਿਆਲਗੀ ਮਿਹਰਬਾਨੀ ਨਾਲ ਅਸਾਂ ਵੀ ਨਜਾਤ ਪਾਈਏ, ਅਤੇ ਇਹ ਹੁਣ ਚਾਹੀਦਾ ਹੈ ਕਿ ਉਹ ਅਸੀਂ ਲੋਕਾਂ ਤੱਕ ਉਹਦੀ ਦਿਆਲਗੀ ਜਾਂ ਕੀ ਹੁਣ ਕਹਿ ਲਓ ਮਿਹਰਬਾਨੀ ਪਹੁੰਚਾਈਏ, ਔਰ ਅਸੀਂ ਇਹ ਤਾਂ ਹੀ ਕਰਾਂਗੇ, ਸਾਡੇ ਲਈ ਦੂਸਰਿਆਂ ਦੇ ਲਈ ਦਿਆਲਗੀ ਹੋਏਗੀ, ਉਹਨਾਂ 'ਤੇ ਦਇਆ ਹੋਵੇ, ਜਦੋਂ ਸਾਡੇ 'ਤੇ ਅਸੀਂ ਰੱਬ ਦੀ ਦਇਆ ਨੂੰ ਅੱਗੇ ਵੰਡੀਏ, ਅਗਰ ਸਾਡੇ ਦੀ ਉਹਨੂੰ ਦਇਆ, ਦੇਖੋ ਇਹ ਨਰਕ ਵਿੱਚ ਜਾ ਰਹੇ, ਇਹ ਗੱਲ ਇਹਨਾਂ ਨੂੰ ਪਤਾ ਨਹੀਂ ਹੈਗਾ, ਉਹ ਦਿਆਲਗੀ ਉਹਨਾਂ ਦੇ ਲਈ ਸਾਡੇ ਲਈ ਹੋਊਗੀ, ਇਹ ਵੀ ਬਚ ਜਾਣ, ਇਹ ਵੀ ਚੱਲ, ਇਹਨਾਂ ਨੂੰ ਦੱਸੀਏ ਇਹ ਮਿਹਰਬਾਨੀ ਇਹ, ਹਾਂ ਹਾਂਜੀ, ਇਹ ਰੱਬ ਦੀ ਮਿਹਰਬਾਨੀ ਨੂੰ, ਦਿਆਲਗੀ ਨੂੰ ਅਸੀਂ ਅੱਗੇ ਲੈ ਕੇ ਜਾਣਾ, ਸਾਡੇ ਵਿੱਚ ਵੀ ਜੇ ਦਿਆਲਗੀ ਹੋਊਗੀ ਤਾਂ ਹੀ ਅੱਗੇ ਲੈ ਕੇ ਜਾਵਾਂਗੇ, ਅਤੇ ਉਹਨੇ ਦਿਆਲਗੀ ਸਾਡੇ ਨਾਲ ਕੀਤੀ ਹੈ ਜਿਹਦੀ ਵਸੀਲੇ ਨਾਲ ਸਾਨੂੰ ਮੁਕਤੀ ਮਿਲੀ ਹੈ। ਬਿਲਕੁਲ, ਅਤੇ ਹੁਣ ਅਸੀਂ ਲੋਕਾਂ ਤੱਕ ਜਾਈਏ। ਬਿਲਕੁਲ ਜੀ, ਦੇਖੋ ਜੇ ਅਸੀਂ ਕਿਸੇ ਨੂੰ ਨਹੀਂ ਦੱਸਦੇ ਵੀ ਉਹ ਪਤਾ ਹੈ ਮਰ ਰਿਹਾ ਹੈ, ਨਰਕ ਵਿੱਚ ਜਾਏਗਾ, ਅਤੇ ਸਾਡੇ ਅੰਦਰ ਉਹਦੇ ਲਈ ਦਇਆ ਹੈ ਨਹੀਂ, ਦਇਆ ਨਹੀਂ, ਹਾਂ, ਅਤੇ ਫਿਰ ਅਸੀਂ ਪੈ ਗਈਏ, ਅਸੀਂ ਬਹੁਤ ਵੱਡੇ ਬਹੁਤ ਨਹੀਂ। ਸੋ ਰੋਮੀਓ 2:4 ਤਾਂ ਵੇਖੋ ਸਰ, ਹਾਂਜੀ, ਰੋਮੀਓ 2:4, ਟਾਈਟਸ 3:4-5 ਲਿਖ ਲਓ, 3:4-5 ਨਾ, ਅਸਲ ਵਿੱਚ ਦਿਆਲਗੀ ਜਿਹੜੀ ਹੈ ਨਾ, ਇਹ ਵੀ ਰੋਜ਼ਾਨਾ ਦਾ ਕੰਮ ਹੈ। ਬਿਲਕੁਲ, ਹੈਂ, ਮਤਲਬ ਇਹਨੂੰ ਲੜਨਾ ਨਹੀਂ, ਗੱਲ ਉਹ ਹੀ ਆ ਗਈ ਹੈ ਕੁਲਸੀਓ 3:13 ਦੀ, ਕੁਲਸੀਓ 3:12, ਕੁਲਸੀਓ 3:12 ਦਾ, ਇਹ ਵੇਖ ਲਓ ਜੀ ਕਿ ਇਹ ਜਿਹੜੀ ਹੈ ਇਹ ਕੀ ਕਹਿ ਰਿਹਾ ਕਿ ਬਈ ਇਹ ਦਿਆਲਗੀ ਦੇ ਵਸੀਲੇ ਨਾਲ ਸਾਨੂੰ ਨਿਜਾਤ ਮਿਲੀ। ਹਾਂ, ਰੋਮੀਆਂ 2:14 ਵਿੱਚ ਇਸ ਤਰ੍ਹਾਂ ਲਿਖਿਆ ਹੈ, ਅਥਵਾ ਤੂੰ ਉਹਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ ਨੂੰ ਤੁੱਛ ਸਮਝਦਾ ਹੈ, ਅਤੇ ਤੂੰ ਇਹ ਨਹੀਂ ਜਾਣਦਾ ਜੋ ਪਰਮੇਸ਼ਰ ਨੇ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹੀਂ ਪਾਉਂਦੀ ਪਾਈ ਹੈ। ਹਾਂਜੀ, ਆਪਾਂ ਅੱਗੇ ਪੜ੍ਹ ਸਕਦੇ, ਠੀਕ ਹੈ, ਹਾਂਜੀ, ਫਿਰ ਟਾਈਟਸ, ਹਾਂਜੀ, ਉਹਦੀ ਸੀਗੀ 3:4-5, ਹਾਂਜੀ, 3:4, ਉਹਦੀ ਹੈ ਤੀਤਸ ਟਾਈਟਸ 3:4-5 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਪਰ ਜਾਂ ਸਾਡੇ ਮੁਕਤੀਦਾਤਾ ਪਰਮੇਸ਼ਰ ਦੀ ਦਿਆਲਗੀ ਅਤੇ ਪ੍ਰੇਮ ਜੋ ਮਨੁੱਖਾਂ ਨਾਲ ਸੀ ਪ੍ਰਗਟ ਹੋਇਆ,
ਉਹਨੇ ਦਇਆ ਕੀਤੀ ਤਾਂ ਹੀ ਆਇਆ, ਦਇਆ ਕੀਤੀ ਆਇਆ, ਸਾਡੇ ਤੇ ਆਇਆ, ਹੁਣ ਸਾਡਾ ਵੀ ਫਰਜ਼ ਹੈ ਕਿ ਅਸੀਂ। ਹਾਂਜੀ, ਤਾਂ ਉਸਨੇ ਉਹਨਾਂ ਧਰਮ ਦੇ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ, ਸਗੋਂ ਆਪਣੇ ਰਹਿਮ ਅਤੇ ਦੇ ਅਨੁਸਾਰ ਨਵੇਂ ਜਨਮ ਅਤੇ ਇਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ। ਠੀਕ ਹੈ, ਪੰਜਵੀਂ ਆਇਤ ਕਿੰਨੀ ਦਾ। ਸੋ ਇਹ ਜਿਹੜੀ ਦਿਆਲਗੀ ਜਾਂ ਮਿਹਰਬਾਨੀ ਵੀ ਇਹ ਤੁਸੀਂ ਲਫ਼ਜ਼ ਅੱਛਾ ਪੜ੍ਹ ਲਿਆ, ਕਾਇੰਡਨੈਸ ਦੀ ਖੂਬੀਆਂ ਇਹੀ ਨੇ। ਹੋਰ ਇਹਦੇ 'ਚ ਕੋਈ ਸਵਾਲ ਹੋਏ? ਨਹੀਂ ਜੀ, ਆਪਾਂ ਸਾਰੇ ਪਾਸਿਓਂ ਦੇਖ ਲਿਆ ਵੀ ਉਹ ਕਹਿੰਦਾ ਜ਼ਿਆਦਾਤਰ ਮਨੁੱਖਤਾ ਦੇ ਨਾਲ, ਹਾਂ ਮਨੁੱਖਤਾ ਦੇ ਨਾਲ ਹੈਗਾ। ਔਰ ਉਹ ਕਹਿੰਦਾ ਇਹ ਪਾ ਲਓ। ਹਾਂਜੀ, ਹੁਣ ਪਾਉਣਾ ਜਾਂ ਨਹੀਂ ਪਾਉਣਾ, ਜਿਸ ਤੁਸੀਂ ਕਿਹਾ ਇਹ ਸਾਡੀ ਮਰਜ਼ੀ ਹੈ, ਇਹ ਪਾ ਕੇ ਰੱਖਣਾ। ਇਹ ਇਕੱਲਾ ਘਰ ਨਹੀਂ ਪਾ ਕੇ ਰੱਖਣਾ, ਇਕੱਲਾ ਬਾਹਰ ਹੀ ਨਹੀਂ ਪਾ ਕੇ ਰੱਖਣਾ, ਅੰਦਰ ਘਰ ਬਾਹਰ ਹਰ ਵੇਲੇ ਪਾ ਕੇ ਰੱਖਣਾ। ਹਾਂਜੀ, ਅਤੇ ਹਾਂਜੀ ਹਾਂਜੀ ਬਹੁਤ। ਔਰ ਇਹ ਪ੍ਰੈਕਟਿਸ ਜਿਹੜੀ ਹੈ ਨਾ, ਇਹ ਰੋਜ਼ਾਨਾ ਹਾਂ ਕਰਨ ਦੀ ਇੱਕ ਚੀਜ਼ ਹੈਗੀ ਹੈ। ਬਿਲਕੁਲ ਠੀਕ ਹੈ। ਰੱਬ ਦੀ ਦਇਆ ਰਹਿਮ ਕਿਰਪਾ ਨੂੰ ਆਪਾਂ ਸਮਝ ਲਈਏ, ਉਹਨੇ ਕੀ ਕੁਛ ਕੀਤਾ ਸਾਡੇ ਲਈ, ਯਿਸੂ ਮਸੀਹ ਨੂੰ ਭੇਜ ਦਿੱਤਾ। ਔਰ ਅਸੀਂ ਵੀ ਦਇਆ ਕਰੀਏ, ਜੇ ਕੋਈ ਲਾਗੇ ਗੁਆਂਢੀ ਸਾਡਾ ਕੋਈ ਜਾਣਦਾ ਪਹਿਚਾਣਦਾ, ਉਹ ਯਿਸੂ ਦਇਆ ਕੀ ਹੈ ਕਿ ਉਹ ਨਰਕਾਂ ਤੋਂ ਬਚ ਜਾਏ। ਹਾਂਜੀ ਹਾਂਜੀ, ਜਿੱਥੇ ਸਦਾ ਦਾ ਚੀਕਣਾ ਕਰਲਾਉਣਾ ਦੰਦਾਂ ਦਾ ਪੀਸਣਾ ਹੈਗਾ ਹੈ। ਅੱਗ ਦੀ ਭੱਠੀ ਹੈ, ਅੱਗ ਦੀ। ਅਤੇ ਅਸੀਂ ਜਿਹੜੀ ਰੱਬ ਦੀ ਦਇਆ ਰਹਿਮ ਕਿਰਪਾ, ਜਾਂ ਆਪਾਂ ਕਹਿ ਦਿੱਤੇ ਰੱਬ ਦੀ ਰੋਸ਼ਨੀ ਨੂੰ ਲੁਕੋ ਕੇ ਨਾ ਰੱਖੀਏ ਟੋਕਰੇ ਥੱਲੇ, ਉਹਨੂੰ ਵੰਡੀਏ, ਹੁਣੇ ਮੌਕਾ ਹੈ। ਹਾਂਜੀ ਬਹੁਤ ਅੱਛਾ। ਅਤੇ ਆਪਾਂ ਹੁਣ ਇੱਥੇ ਫਿਨਿਸ਼ ਕਰੀਏ। ਹਾਂਜੀ, ਪਰਮੇਸ਼ਰ ਪਿਤਾ, ਸਾਡੇ ਅੰਦਰ ਇਹ ਸੁਭਾਅ ਆ ਜਾਏ ਦਿਆਲਗੀ ਦਾ, ਅਸੀਂ ਦੂਸਰਿਆਂ 'ਤੇ ਦਇਆ ਕਰ ਸਕੀਏ, ਅਸੀਂ ਦੂਸਰਿਆਂ ਨੂੰ ਨਰਕ ਦੇ ਅੱਗ ਦੀ ਵਿੱਚ ਜਾਂਦੇ ਹੋਏ ਨੂੰ ਦੇਖ ਕੇ ਅਸੀਂ ਆਪਣਾ ਮੂੰਹ ਬੰਦ ਨਾ ਰੱਖੀਏ ਪਰਮੇਸ਼ਰ ਪਿਤਾ, ਅਸੀਂ ਆਪ ਦਾ ਵਚਨ ਉਹਨਾਂ ਤੱਕ ਪਹੁੰਚਾ ਸਕੀਏ, ਦੱਸ ਸਕੀਏ, ਉਹਨਾਂ ਦੇ ਲਈ ਦੁਆਵਾਂ ਕਰ ਸਕੀਏ ਪਰਮੇਸ਼ਰ ਪਿਤਾ, ਔਰ ਅਸੀਂ ਇੱਕ ਦੂਸਰੇ ਦੇ ਨਾਲ ਦਇਆ ਦੇ ਨਾਲ ਪਰਮੇਸ਼ਰ ਪਿਤਾ ਪੇਸ਼ ਆਈਏ। ਇਹ ਗੁਣ ਜੋ ਹੈ ਚੰਗਿਆਈ, ਇਹ ਸਭ ਆਪ ਤੋਂ ਹੀ ਆਉਂਦੀ ਹੈ ਪਰਮੇਸ਼ਰ ਪਿਤਾ, ਔਰ ਇਸ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ। ਔਰ ਪਰਮੇਸ਼ਰ ਪਿਤਾ, ਇਸ ਨੂੰ ਅਸੀਂ ਅੱਗੇ ਵੰਡ ਸਕੀਏ ਇਨਸਾਨਾਂ ਦੇ ਵਿੱਚ, ਇੱਕ ਦੂਸਰੇ ਦੇ ਵਿੱਚ ਪਰਮੇਸ਼ਰ ਪਿਤਾ, ਆਪ ਦੀ ਦਇਆ ਰਹਿਮ ਕਿਰਪਾ ਨੂੰ। ਔਰ ਪਰਮੇਸ਼ਰ ਪਿਤਾ, ਸਾਡੇ ਤੋਂ ਜੋ ਵੀ ਜਾਣੇ ਅਣਜਾਣੇ ਦੇ ਵਿੱਚ ਅਸੀਂ ਇਸ ਵਸਤਰ ਨੂੰ ਅਗਰ ਅਸੀਂ ਕਿਸੇ ਵੇਲੇ ਉਤਾਰ ਦਿੱਤਾ, ਅਸੀਂ ਉਸਨੂੰ ਪਾ ਕੇ ਰੱਖੀਏ ਦਇਆਲਗੀ ਵਾਲਾ ਵਸਤਰ ਹਮੇਸ਼ਾ ਪਰਮੇਸ਼ਰ ਪਿਤਾ। ਔਰ ਸਾਨੂੰ ਪਰਮੇਸ਼ਰ ਪਿਤਾ, ਜੋ ਵੀ ਗੁਨਾਹ ਪਾਪ ਗਲਤੀ ਹੋਏ, ਉਸ ਦੇ ਲਈ ਸਾਨੂੰ ਮਾਫ਼ ਕਰ ਦਿਉ ਪਰਮੇਸ਼ਰ ਪਿਤਾ। ਅੱਜ ਤੋਂ ਬਾਅਦ ਪਰਮੇਸ਼ਰ ਪਿਤਾ, ਅਸੀਂ ਦਇਆ ਦੇ ਵਿੱਚ, ਆਪ ਦੇ ਪਿਆਰ ਦੇ ਵਿੱਚ ਸਭ ਦੇ ਨਾਲ ਵਿਚਰੀਏ ਰਹੀਏ ਪਰਮੇਸ਼ਰ ਪਿਤਾ। ਔਰ ਇਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ, ਤਾਂ ਕਿ ਚੋਰ ਇਸ ਦੇ ਵਿੱਚ ਚੋਰੀ ਨਾ ਕਰ ਸਕੇ, ਹੇਰਾਫੇਰੀ ਨਾ ਕਰ ਸਕੇ। ਔਰ ਪਰਮੇਸ਼ਰ ਪਿਤਾ, ਅਸੀਂ ਇਸ ਵਚਨ ਨੂੰ ਜੋ ਆਪ ਨੇ ਸਾਡੇ ਨਾਲ ਗੱਲਬਾਤ ਕੀਤੀ, ਉਸ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ। ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਂ ਦੇ ਵਿੱਚ। ਆਮੇਨ।